ਸੋ ਗੁਰਜੀਤ ਛੋਟੇ ਚੈਂਪਸ ਦੇ ਸਿੰਗਿੰਗ ਕੰਪੀਟੀਸ਼ਨ ਨੂੰ ਤੇ ਅਸੀਂ ਇੰਜੋਏ ਕਰ ਰਹੇ ਆ ਤੇ ਮੈਂ ਸੋਚ ਰਹੀ ਆ ਕਿਉਂ ਨਾ ਹੁਣ ਅਸੀਂ ਜੱਜਸ ਦੇ ਦਰਮਿਆਨ ਕੰਪੀਟੀਸ਼ਨ ਕਰਾਈਏ ਓਹੋ ਬਹੁਤ ਨੇਕ ਇਰਾਦਾ ਹੈ ਤੁਹਾਡਾ ਬਹੁਤਾ ਨੇਕ ਇਰਾਦਾ ਨਹੀਂ ਤੁਹਾਡਾ ਕੋਈ ਪੁੱਠਾ ਪੰਗਾ ਲਓਗੇ ਮੈਨੂੰ ਪਤਾ ਕੁਛ ਨਹੀਂ ਨਹੀਂ ਭਾਈ ਆਪਾਂ ਸਿੱਧਾ ਸਿੱਧਾ ਪੰਗਾ ਲਵਾਂਗੇ ਤੇ ਆਪਾਂ ਇਹਦੇ ਕਰਦੇ ਆ ਫਿਰ ਰੋਸ਼ਨ ਪ੍ਰਿੰਸ ਭਾਈ ਨੂੰ ਤਾਂ ਬੁਲਾਵਾਂਗੇ ਇੱਥੇ ਇੱਕ ਕਿਹੜਾ ਨਾ ਫਿਰ ਜੱਜਸ ਵਿੱਚੋਂ ਆ ਜਾਵੇ ਅਸੀਂ ਤਾਜੀ ਯੈਸ ਆਜੋ ਜੀ ਆਜੋ ਫਿਰ ਆਪਾਂ ਦੱਸਦੇ ਹਾਂ ਗੇਮ ਕਿਹੜੀ ਆ ਤੁਸੀਂ ਇੱਕ ਵਾਰ ਜ਼ੋਰਦਾਰ ਤਾੜੀਆਂ ਰੋਸ਼ਨ ਪ੍ਰਿੰਸ ਭਾਈ ਲਈ ਤੇ ਸਿਤਾਜੀ ਲਈ देखो ये दोनों सिंगर तो है ही नहीं ना लेकिन तुम जो हिसाब से सोचे ना भी ये एक्टर भी ने ते एक्ट्रेस भी ने इस करके चल रहा मामला वाह वेरी गुड लव यार क्यूट क्यूट प्रॉप्स साडे विचकार पहुंच चुके ने लाल पीले हुए पए ने ते ना लाल पीले हुए प्रॉप्स नु आपां ने पूरा ठहराव दे नाल मतलब मौज मस्ती करते हुए इंजॉय करना ते इन्हां नु चक्करां दे विच पाउणा है दोनों नु है ना जी ਚੱਕਰਾਂ ਵਿੱਚ ਕਿੱਦਾਂ ਪਾਉਣਾ ਜੀ ਆ ਦੋ ਚਮਚੇ ਪਹਿਲਾਂ ਫੜੇ ਲਓ ਇੱਦਾਂ ਕਰੋ ਨਾਲ ਦੀ ਨਾਲ ਹੈ ਨਾ ਭਾਜੀ ਇੱਕ ਇੱਕ ਚਮਚਾ ਫੜੋ ਜੀ ਅਤੇ ਇੱਕ ਇੱਕ ਆ ਸਮਾਈਲੀ ਫੜ ਲਓ ਅਤੇ ਸਮਾਈਲੀ ਦੀ ਜਿਹੜੀ ਮੁਸਕਰਾਹਟ ਆ ਇਹ ਨਹੀਂ ਜਾਣੀ ਚਾਹੀਦੀ ਥਰੂ ਆਊਟ ਗੇਮ ਹੈ ਨਾ ਜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਸਮਾਈਲੀ ਨੇ ਨਾ ਮੈਨੂੰ ਤੇ ਕਪਤਾਨ ਸਰ ਨੂੰ ਬਹੁਤ ਸਾਡੀ ਬਹਿਜਾ ਬਹਿਜਾ ਕਰਾਈ ਸੀ ਭਾਜੀ ਇਸ ਸਮਾਈਲੀ ਨੇ ਹਾਂਜੀ ਤੁਹਾਨੂੰ ਕੀ ਦੱਸੀਏ ਇਹ ਸਪੈਸ਼ਲ ਗੈਸਟ ਹੈ ਤਾਂ ਹੀ ਜੀ ਹੁਣ ਗੇਮ ਕੀ ਆ ਜੀ ਤੁਸੀਂ ਮੂੰਹ ਦੇ ਵਿੱਚ ਚਮਚਾ ਹੋਲਡ ਕਰਨਾ ਅਤੇ ਉਹਦੇ ਉੱਤੇ ਸਮਾਈਲੀ ਰੱਖਣੀ ਹੈ ਅਤੇ ਦੋਨੇ ਹੱਥ ਫ੍ਰੀ ਛੱਡ ਕੇ ਬਸ ਫਿਰ ਬੀਟ ਸੌਂਗ ਆ ਤੇ ਸਾਨੂੰ ਨਚਾਉਣਾ ਹੈ ਸਾਨੂੰ ਨਹੀਂ ਨਚਾਉਣਾ ਸਾਨੂੰ ਨਹੀਂ ਨਚਾਉਣਾ ਹੈਗਾ ਤੁਹਾਨੂੰ 15-15 ਇਹ ਗਲਾਸ ਦਿੱਤੇ ਜਾਣਗੇ ਜੀ ਇੱਥੇ 15 ਸਵਿਤਾ ਜੀ ਤੁਸੀਂ ਫੜ ਲਓ ਇਹਨਾਂ ਨੂੰ ਮੈਂ ਇੱਧਰ ਰੱਖ ਲੈਂਦਾ ਹੈ ਨਾ ਹਾਂਜੀ ਹਾਂ ਇਹ 15-15 ਗਲਾਸ ਨੇ ਮੂੰਹ 'ਚ ਚਮਚਾ ਫੜ ਕੇ ਸਮਾਈਲੀ ਰੱਖ ਕੇ ਤੁਸੀਂ ਆਪਣੇ ਦੋਨੇ ਹੱਥਾਂ ਦੇ ਨਾਲ ਫਿਰ ਪਿਰਾਮਿਡ ਬਣਾਉਣਾ ਕੋਈ ਟਾਈਮ ਲਿਮਿਟ ਤਾਂ ਨਹੀਂ ਹੈ ਟਾਈਮ ਲਿਮਿਟ ਬਸ ਜਿਹੜਾ ਪਹਿਲਾਂ ਬਣਾ ਗਿਆ ਜੀ ਉਹ ਵਿਨਰ ਹੈ ਫਿਰ ਤੁਸੀਂ ਸਰਬ ਸੰਮਤੀ ਨਾਲ ਮੈਨੂੰ ਵਿਨਰ ਘੋਸ਼ਿਤ ਕਰ ਦਿਓ ਕੋਟ ਪਾ ਛੱਡੋ ਇਹ ਐਵੇਂ ਚਮਚਾ ਜਾਂ ਮੂੰਹ ਚ ਪਾਉਣਗੇ ਲਿਪਸਟਿਕ ਖਰਾਬ ਹੋਊਗੀ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਆਈ ਡੋਨਟ ਮਾਈਂਡ ਲਿਪਸਟਿਕ ਦੁਬਾਰਾ ਲੱਗ ਜਾਏਗੀ ਉਹ ਰੁਬਾਨੀ ਮੇਰੇ ਵਾਲੀ ਉੱਥੇ ਬੈਠ ਕੋਈ ਸਪਿਰਿਟ ਆਫ ਕੰਪੀਟੀਸ਼ਨ ਅਸੀਂ ਅਸੀਂ ਦੇਣ ਨੂੰ ਤਿਆਰ ਸੀਗੇ ਜੀ ਸਰਬ ਸੰਮਤੀ ਨਾਲ ਅੱਛਾ ਕੋਈ ਆਪਣੀ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਜਿਹਦਾ ਇਲਾਜ ਨਹੀਂ ਹੈ ਲਿਪਸਟਿਕ ਦੁਬਾਰਾ ਲੱਗ ਜਾਏਗੀ ਅਸੀਂ ਤਾਂ ਵੋਟਾਂ ਪਾਉਣ ਲੱਗੇ ਸੀ ਰੋਸ਼ਨ ਜੀ ਹਲਕੇ ਚ ਲੈ ਲਿਆ ਬੱਚੋ ਮਾਰਕਸ ਮੈਂ ਦੇਣੇ ਆ ਬੱਚੋ ਕੱਪ ਖੋਲੋ ਦੇਖਣ ਚ ਕੋਈ ਹਰਜ ਨਹੀਂ ਹੈਗਾ ਬਸ ਗੇਂਦ ਨਹੀਂ ਡਿੱਗਣੀ ਚਾਹੀਦੀ ਤੇ ਪਿਰਾਮਿਡ ਨਹੀਂ ਇੱਕ ਵਾਰ ਉਧਰੋਂ ਅਸ਼ਨ ਜੀ ਇਸ ਡੂਇੰਗ ਕੁਆਇਟ ਗੁੱਡ ਇੱਧਰ ਪਏ ਨੇ ਤਿੰਨ ਨੇ ਇਹਦੇ ਵਿੱਚ ਸਿਤਾਜ ਦਾ ਹੋ ਗਿਆ ਨਹੀਂ ਉਧਰ ਦੇਖੋ ਤਿੰਨ ਇੱਕ ਪਾਸੇ ਲੱਗੇ ਹੋਏ ਨੇ ਦੋ ਇੱਕ ਪਾਸੇ ਲੱਗੇ ਦੋ ਉੱਪਰ ਇੱਕ ਪਾਸੇ ਲੱਗੇ ਨੇ ਸਿਤਾਜ ਜੀ ਥੱਲੇ ਤਿੰਨ ਪਏ ਨੇ ਜੀ ਇੱਕ ਜਗ੍ਹਾ ਕੱਪ ਭਾਈ ਤੁਹਾਡੇ ਤਿੰਨ ਜਗ੍ਹਾ ਦੋ ਦੋ ਕੱਪ ਜੁੜੇ ਹੋਏ ਨੇ ਚਾਰ ਜਗ੍ਹਾ ਟਾਈਮ ਹੈਗਾ ਇਹਨੂੰ ਕਹਿੰਦੇ ਆਪਣੀ ਸੀਟ ਛੱਡ ਦੇਣੀ ਨਹੀਂ ਦੋਨੇ ਵਿਨਰ ਹੋ ਗਏ ਹੁਣ ਤੁਸੀਂ ਦੋਨਾਂ ਨੇ ਮਿਲ ਕੇ ਇੱਕ ਪਿਰਾਮਿਡ ਬਣਾਇਆ ਦੋਨਾਂ ਨੇ ਮਿਲ ਕੇ ਇੱਕ ਬਣਾ ਲਿਆ ਅੱਛਾ ਹੁਣ ਇਸ ਪਿਰਾਮਿਡ ਸਕੀਮ ਦੇ ਤਹਿਤ ਸਾਨੂੰ ਤੁਸੀਂ ਕੀ ਬੈਨੀਫਿਟ ਦੇ ਰਹੇ ਹੋ ਮੈਨੂੰ ਇਜੀਪਟ ਦਾ ਵੀਜ਼ਾ ਆ ਮੇਰੇ ਵੱਲੋਂ ਸਮਾਈਲ ਰਾਜਨ ਭਾਜੀ ਕੀ ਬਾਤ ਹੈ ਇਹ ਚਾਹੀਦਾ ਸੀ ਜ਼ਰੂਰੀ ਸੀ ਲਓ ਜੀ ਦੋਨਾਂ ਨੇ ਮਿਲ ਕੇ ਪਿਰਾਮਿਡ ਬਣਾਇਆ ਤੇ ਹੁਣ ਦੋਨੇ ਰਲ ਕੇ ਬ੍ਰੇਕ ਲੈਣਗੇ ਸਾਡੇ ਲਈ ਆਓ ਜੀ ਫਿਰ ਦੋਨੇ ਜਣੇ ਰੋਸ਼ਨ ਭਾਜੀ ਤੇ ਸਿਤਾਜ ਜੀ ਲਓ ਜੀ ਇਸ ਖੂਬਸੂਰਤ ਪਿਰਾਮਿਡ ਨੂੰ ਹੁਣ ਅਸੀਂ ਇੰਜੋਏ ਕਰਾਂਗੇ ਸਾਰੇ ਜਣੇ ਰਲ ਕੇ ਤੁਸੀਂ ਲਓ ਇੱਕ ਛੋਟੀ ਜਿਹੀ